ਦੇਖੋ ਜੀ, ਸਾਡੀ ਤਾਂ ਕੋਸ਼ਿਸ਼ ਆਈ ਰਹੀ ਹੈ ਹੈਰੀਮਾਨ ਸਾਹਿਬ ਦੀ ਵੀ ਅਤੇ ਸਾਡੀ ਪਾਰਟੀ ਦੀ ਵੀ ਕਿ ਸਾਰੇ ਪਾਸੇ ਜਿੰਨੇ ਵੀ ਸਾਡੇ ਸਨੌਰ ਦੇ ਪਿੰਡਾਂ 'ਚ ਉੱਥੇ ਸੰਮਤੀਆਂ ਹੋਣ। ਸਾਡੀਆਂ 256 ਪੰਚਾਇਤਾਂ ਨੇ ਸਨੌਰ ਦੀਆਂ, ਉਹਦੇ ਵਿੱਚੋਂ ਮਾਨ ਸਾਹਿਬ ਨੇ ਮਿਹਨਤ ਕੀਤੀ, ਕੁਝ ਸਾਡੇ ਪਾਰਟੀ ਦੇ ਜਿੰਨੇ ਵਰਕਰ ਨੇ ਉਹਨਾਂ ਨੇ ਵੀ ਸੋਚਿਆ ਕਿ ਪਿੰਡ ਦੇ ਵਿਕਾਸ ਵਾਸਤੇ ਅਤੇ ਪਿੰਡ ਦੀ ਤਰੱਕੀ ਵਾਸਤੇ। 256 ਦੇ ਵਿੱਚੋਂ 75 ਤੋਂ ਉੱਪਰ ਪਿੰਡਾਂ ਦੇ ਵਿੱਚ ਸਾਡੇ ਸੰਮਤੀਆਂ ਹੋ ਚੁੱਕੀਆਂ, ਜਿਹਦੇ ਵਿੱਚ ਸਾਡੇ ਮਹਿਮੂਦਪੁਰ ਜੱਟਾਂ ਦੀ ਵੀ ਸੰਮਤੀ ਅੱਜ ਹੋਈ ਹੈ। ਅਤੇ ਇਹਦੇ ਵਿੱਚ ਦੀਪਚੰਦ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਅਤੇ ਸਾਰੇ ਹੀ ਪਿੰਡ ਵਾਲਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਵੀ ਤੁਸੀਂ ਬਹੁਤ ਵਧੀਆ ਫੈਸਲਾ ਲਿੱਤਾ, ਇੱਕ ਏਕਾ ਦਿਖਾਇਆ ਅਤੇ ਇਸ ਏਕਤਾ ਦੇ ਨਾਲ ਅੱਗੇ ਸਗੋਂ ਪਿੰਡ ਦੇ ਵਿੱਚ ਦਾ ਵਿਕਾਸ ਵੀ ਇਕੱਠੇ ਹੋ ਕੇ ਹੋਊਗਾ ਅਤੇ ਜਿਹੜੀ ਈਰਖਤਾ ਅਤੇ ਜਿਹੜੀ ਲੜਾਈ ਝਗੜਾ ਜਿਹੜਾ ਪਿੰਡ ਵਿੱਚ ਹੁੰਦਾ ਉਹ ਖਤਮ ਹੁੰਦਾ ਇਸ ਗੱਲ ਨਾਲ। ਦੇਖੋ ਜੀ, ਅਸੀਂ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿਹੜੇ ਪਿੰਡਾਂ ਸੰਮਤੀਆਂ ਹੋਈਆਂ, ਜਿਵੇਂ ਮੈਂ ਤੁਹਾਨੂੰ ਦੱਸਿਆ 75 ਪਿੰਡਾਂ ਤੋਂ ਉੱਪਰ ਸੰਮਤੀਆਂ ਹੋਈਆਂ ਨੇ, ਸੋ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਸਰਕਾਰ ਤੋਂ ਵੱਧ ਪੈਸਾ ਇਹਨਾਂ ਵਾਸਤੇ ਗ੍ਰਾਂਟ ਲੈ ਕੇ ਆਈਏ, ਉਹ ਅਸੀਂ ਉੱਪਰ ਗੱਲ ਵੀ ਕਰਾਂਗੇ ਉਹਨਾਂ ਨੂੰ। ਇਹ ਜਿਹੜੀਆਂ ਹੁਣ ਪੰਚਾਇਤਾਂ ਚੋਣਾਂ ਹੋ ਰਹੀਆਂ, ਕਿੰਨੇ ਕੁ ਪਰਸੈਂਟ ਤੁਹਾਡੇ ਆਸ ਹੈ ਕਿ ਜਿਹੜੇ ਆ ਸਰਪੰਚ ਹੈ ਇਹ ਬਣਦੇ? ਦੇਖੋ, ਆਪਣਾ ਮੇਰੇ ਹਿਸਾਬ ਨਾਲ ਤਾਂ ਜੋ 10 ਸਾਲ ਪਹਿਲਾਂ ਹਾਲ ਰਿਹਾ ਸਨੌਰ ਦੇ ਵਿੱਚ ਕਿ ਅਕਾਲੀਆਂ ਨੇ ਰਾਜ ਕੀਤਾ, ਅਕਾਲੀਆਂ ਦੀ ਸਰਕਾਰ ਸੀ, ਅਕਾਲੀਆਂ ਨੇ ਹੀ ਪੰਚ ਆਪਣੇ ਬਣਾਏ, ਸਰਪੰਚ ਬਣਾਏ, ਧੱਕੇ ਨਾਲ ਬਣਾਏ, ਕਾਂਗਰਸ ਵਰਕਰਾਂ ਦੇ ਰਿਜੈਕਟ ਹੋਏ। ਤੁਸੀਂ ਮੈਨੂੰ ਦਿਖਾ ਦਿਓ ਆ ਸਨੌਰ ਬਲੋਕ ਦੇ 'ਚ ਅਸੀਂ ਕਿਸੇ ਵੀ ਇੱਕ ਅਕਾਲੀ ਵਰਕਰ ਦਾ ਜਾਂ ਅਕਾਲੀ ਕੈਂਡੀਡੇਟ ਦਾ ਅਸੀਂ ਕੋਈ ਰਿਜੈਕਟ ਕਰਾਇਆ ਹੋਵੇ। ਅਸੀਂ ਬਿਲਕੁਲ ਫੇਅਰ ਐਂਡ ਫਰੀ ਇਲੈਕਸ਼ਨ ਕਰਾ ਰਹੇ ਹਾਂ ਅਤੇ ਮੈਂ ਸਮਝਦਾ ਹਾਂ ਕਿ ਸਾਰੇ ਜਿਹੜੀ ਨਗਰ ਵਾਲੇ ਨੇ ਬਹੁਤ ਸਿਆਣੇ ਨੇ, ਲੋਕ ਬਹੁਤ ਸਿਆਣੇ ਨੇ, ਸਰਕਾਰ ਕਾਂਗਰਸ ਦੀ ਹੈਗੀ ਅਤੇ ਮੈਨੂੰ ਲੱਗਦਾ ਕਿ ਅਗਰ ਅੱਗੇ ਪਿੰਡ ਦੀ ਤਰੱਕੀ ਵਾਸਤੇ 99% ਤੋਂ ਉੱਪਰ ਜਿਹੜੇ ਪਿੰਡਾਂ ਦੇ ਵਿੱਚ ਜਿਹੜੀ ਆ ਪੰਚਾਇਤਾਂ ਸਾਰੀਆਂ ਕਾਂਗਰਸ ਦੀਆਂ ਭਰਨਗੀਆਂ। ਦੇਖੋ ਜੀ, ਇਹਦੇ 'ਚ ਹੁਣ ਕੁਛ ਕਿਸੇ ਦੀਆਂ ਦੂਜੇ ਪਾਰਟੀਆਂ ਦੇ ਵੀ ਸ਼ਰਾਰਤਾਂ ਹੋ ਸਕਦੀਆਂ ਨੇ, ਪਰ ਮੈਂ ਸਮਝਦਾ ਹਰੇਕ ਨੂੰ ਹੱਕ ਹੈ ਖੜਾ ਹੋਣ ਦਾ। ਜਿਹੜਾ ਕਿ ਵੀ ਜਿਹੜਾ ਖੜਾ ਹੈ ਉਹ ਨਗਰ ਨੇ ਫੈਸਲਾ ਲੈਣਾ, ਇਹਦੇ 'ਚ ਕੋਈ ਪਾਰਟੀ ਦੀ ਟਿਕਟ ਤਾਂ ਹੁੰਦੀ ਨਹੀਂ। ਸੋ ਜਿੱਥੇ 2 ਖੜੇ ਨੇ ਜਾਂ 3 ਖੜੇ ਨੇ ਉਹ ਸਾਰੇ ਹੀ ਸਾਡੇ ਨੇ, ਉਹਦਾ ਨਗਰ ਨੇ ਫੈਸਲਾ ਲੈਣਾ। ਫ੍ਰੀ ਇਲੈਕਸ਼ਨ ਹੋਊਗੀ, ਫੇਅਰ ਇਲੈਕਸ਼ਨ ਹੋਊਗੀ, ਸੋ ਉਹਦੇ 'ਚ ਕੋਈ ਮੈਨੂੰ ਸਮਝ ਨਹੀਂ, ਮੈਨੂੰ ਸਮਝਦਾ ਕੋਈ ਐਡੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਸੋ ਨਗਰ ਨੇ ਜਿੱਥੇ ਫੈਸਲਾ ਲੈ ਲਿਆ ਉਹ ਸਾਡੇ ਵਾਸਤੇ ਮਨਜ਼ੂਰ ਹੈ। ਇਹਨਾਂ ਦੇ ਇਹ ਜੋਧ ਦੇ ਦਿਲਾਂ ਦੀ ਧੜਕਣ ਹੈ ਬਿਲਕੁਲ ਹੀ, ਸਾਡੇ ਕਾਂਗਰਸ ਦੇ ਜੋਧ ਦੇ ਲੀਡਰ ਹੈ, ਇਹਨਾਂ ਦਾ ਬਹੁਤ ਵੱਡਾ ਸਰਬਸੰਮਤੀ 'ਤੇ ਬਹੁਤ ਵੱਡਾ ਯੋਗਦਾਨ ਹੈ। ਇਹਨਾਂ ਦੀ ਪ੍ਰੇਰਕ ਸ਼ਤਕਾ ਇਹਨਾਂ ਦੇ ਸਾਡੇ ਹਰਵਿੰਦਰਪਾਲ ਸਿੰਘ ਹਰੀਮਾਨ, ਜੋ ਅਸੀਂ ਗ੍ਰਾਂਟਾਂ ਪਹਿਲਾਂ ਮਹਾਰਾਣੀ 'ਚੋਂ ਚੈੱਕ ਦਿੱਤੇ ਉਹ ਕੰਮ ਦਾ ਇਹ ਰਿਜ਼ਲਟ ਹੈ। ਪਿੰਡ ਵਾਸੀਆਂ ਨੇ ਤਾਂ ਹੀ ਸਾਰਿਆਂ ਨੇ ਸਰਬਸੰਮਤੀ ਨਾਲ ਮੈਨੂੰ ਚੁਣਿਆ, ਪਰ ਮੈਂ ਇਹਨਾਂ ਦੇ ਪਿੰਡ ਵਾਸੀਆਂ ਦਾ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਦਿਖਾਇਆ। ਮੈਂ ਅੱਗੇ ਹੋਰ ਉਪਰਾਲਾ ਕਰਕੇ ਮਾਨ ਸਾਹਿਬ ਨੂੰ ਜਿੱਦਾਂ ਪਹਿਲਾਂ ਸਾਨੂੰ ਗ੍ਰਾਂਟਾਂ ਮਿਲੀਆਂ ਵੱਧ ਤੋਂ ਵੱਧ ਪਿੰਡ ਦੇ ਕੰਮ ਕਰਾਵਾਂਗਾ। ਮੈਂ ਬਹੁਤ ਹੀ ਧੰਨਵਾਦੀ ਹਾਂ ਹਰਵਿੰਦਰਪਾਲ ਸਿੰਘ ਹਰੀਮਾਨ ਦਾ, ਰਿੱਕੀ ਮਾਨ ਜੀ ਦਾ, ਪਵਨ ਸੰਧੂ ਜੀ ਦਾ, ਜਿਨ੍ਹਾਂ ਨੇ ਬਹੁਤ ਵਧੀਆ ਯੋਗਦਾਨ ਦੇ ਕੇ ਸਾਨੂੰ ਇੱਥੇ ਸਰਪੰਚ ਦੇ ਤੌਰ 'ਤੇ ਬਣਵਾਇਆ। ਥੈਂਕ ਯੂ।